हर एक चीज हर एक काम पैसे करके नहीं किया जाता, पर किसी नूं दुनिया में पता नहीं कि सिख कौम में 7.5 फुट का भी बंदा मौजूद है। दुनिया का सब तो लंबा सिख कौन है किसी नूं नहीं पता। असीं अमेरिका गए 2019 दे विच जी, उस तो बाद सानूं काफ़ी मतलब देशों के विचों कॉल आईयां। तो साडा भी एम सीगा अमेरिका से गॉड टैलेंट जाना, तो असीं जाए। उस तो बाद हुण सब तो वड्डे वड्डे जिहड़े गॉड टैलेंट आ उन्हां 'च असीं जा रहे हां गुरु साहिब दी कृपा नाल। और वीर खालसा दल इकलौता दल है जिहड़ा हुण तक 25 जिहड़े मतलब टैलेंट हंट शो ने उन्हां विच परफॉर्म कर चुका है। तो गुरु साहिब की कृपा नाल आउण वाले 2 या 3 साल दे विच विच असीं इहनूं 50 दी गिणती तक लैके जाण दी कोशिश करांगे जी। अपने प्रेजिडेंट आ ग्रुप दे सरदार कवलजीत सिंह जी, इन्हां दे नाले 5 गिनीज़ वर्ल्ड रिकॉर्ड आ, और मत्थे उपर 1 मिनट अपने 57 नारियल। और मेरा जिहड़ा वर्ल्ड टैलेस्ट पुलिसमैन दा उह चले गया जी गिनीज़ बुक वर्ल्ड रिकॉर्ड नूं, ते मे बी इस ऑडिशन विच आ जाएगा उह। Good day everyone, my name is Navneet Anand from Voice Ajkal Local and Global. Aaj Sydney Sunday di shaam nu mere naal baithe ne Maharati from Dal Veer Khalsa. Tuhanu saaryan da bahut bahut swagat. Shukriya. Waheguru ji ka khalsa. Waheguru ji ki fateh. Acha baba ji, mainu sab to pehla ta eh dasso, jadon Dal Veer Khalsa di sthapna hoi, oda idea kivein te kadon pop hoya? Haan ji sir, assi 2000 saal de vich ਸਾਡੇ ਉੱਥੇ ਪਹਿਲਾਂ ਗਰੁੱਪ ਦੇ ਵਿੱਚ ਵੱਡੇ ਸੀ, ਸਾਰੇ ਪਰਫੋਰਮ ਕਰਦੇ ਸੀ, ਛੋਟੇ ਛੋਟੇ ਸੀ, ਅਤੇ ਉਹਨਾਂ ਨੂੰ ਦੇਖ ਕੇ ਸਾਨੂੰ ਚਾਹ ਹੁੰਦਾ ਸੀ ਵੀ ਅਸੀਂ ਵੀ ਮਤਲਬ ਜਿਹੜਾ ਸਿੱਖ ਮਾਰਸ਼ਲ ਆਰਟ ਬਣਾਈਏ ਅਤੇ ਗੱਤਕਾ ਖੇਡੀਏ। ਫਿਰ ਅਸੀਂ ਆਪਣੇ ਮੇਰੇ ਹਾਣੀ ਸੀ, ਅਸੀਂ ਉਹਨਾਂ ਦੇ ਨਾਲ ਛੋਟੇ ਦੇ ਨਾਲ ਰਲ ਕੇ ਅਸੀਂ ਮਤਲਬ ਆਪਣੀ ਇੱਕ ਗਰੁੱਪ ਬਣਾਇਆ ਵੀਰ ਖਾਲਸਾ, ਜਿਸ ਦਾ ਨਾਮ ਰੱਖਿਆ ਸੀ। ਅਤੇ ਫਿਰ ਸਾਨੂੰ ਕੰਪੀਟੀਸ਼ਨ ਹੁੰਦੀ ਸੀ, ਬੜਾ ਚਾਹ ਹੁੰਦਾ ਸੀ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲਈਏ। ਅਤੇ ਉਹ ਫਿਰ ਅਸੀਂ ਪ੍ਰੈਕਟਿਸ ਕਰਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਮਿਹਨਤ ਕਰਕੇ ਕਿ ਸਾਡੇ ਕੋਲ ਉਹ ਇੰਨਾ ਮਤਲਬ ਕਿਸੇ ਦੀ ਕੋਈ ਸਪੋਰਟ ਵੀ ਨਹੀਂ ਸੀ ਕਿ ਜਿਹੜਾ ਅਸੀਂ ਆਪਣੇ ਸ਼ਸਤਰ ਲੈ ਸਕੀਏ, ਜਾਂ ਸਾਨੂੰ ਕੋਈ ਕਮੇਟੀ ਵੱਲੋਂ ਜਾਂ ਸਾਨੂੰ ਸਿੱਖ ਸਮਾਜ ਵੱਲੋਂ ਕੋਈ ਸਾਨੂੰ ਸਹਿਯੋਗ ਹੋਵੇ ਕਿ ਜਾਂ ਜਿਹੜਾ ਅਸੀਂ ਉਹ ਸ਼ਸਤਰ ਲੈ ਕੇ ਅਸੀਂ ਆਪਣੀ ਪ੍ਰੈਕਟਿਸ ਮਿਹਨਤ ਕਰ ਸਕੀਏ। ਫਿਰ ਉਸ ਤੋਂ ਬਾਅਦ ਜੀ ਅਸੀਂ ਜੋ ਸਾਨੂੰ ਸਕੂਲ ਦੀਆਂ ਫੀਸਾਂ ਮਿਲਦੀਆਂ ਸੀ ਜਾਂ ਅਸੀਂ ਕਿਤੇ ਕੰਮ ਕਰਕੇ ਲੇਬਰ ਕਰਕੇ ਅਸੀਂ ਉਹ ਜੋ ਸਾਨੂੰ ਪੈਸੇ ਮਿਲਦੇ ਸੀ, ਫਿਰ ਅਸੀਂ ਉਹਦੇ ਉਹ ਸ਼ਸਤਰ ਲੈ ਕੇ ਅਤੇ ਫਿਰ ਅਸੀਂ ਪ੍ਰੈਕਟਿਸ ਕਰਦੇ ਸੀ। ਅਤੇ 2009 ਦੇ ਵਿੱਚ ਵੀ ਅਸੀਂ ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਸ਼ੋਅ ਸੀ, ਅਤੇ ਉਹਦੇ ਵਿੱਚ ਅਸੀਂ ਫਿਰ ਮਤਲਬ ਹਿੱਸਾ ਲੈਣ ਵਾਸਤੇ, ਅਤੇ ਜਦੋਂ ਉੱਥੇ ਬੰਬੇ ਜਾਣਾ ਸੀ, ਦਿੱਲੀ ਜਾਣਾ ਸੀ, ਉਦੋਂ ਵੀ ਸਾਡੇ ਕੋਲ ਕੋਈ ਪੈਸਾ ਧੇਲਾ ਨਹੀਂ ਸੀ, ਕਿਸੇ ਦੀ ਕਿਸੇ ਵੱਲੋਂ ਕੋਈ ਸਪੋਰਟ ਨਹੀਂ ਸੀ। ਜਨਰਲ ਡੱਬਿਆਂ ਦੇ ਵਿੱਚ ਬਹਿ ਕੇ ਸਾਰੀ ਸਾਰੀ ਰਾਤ ਜਾ ਕੇ ਮਤਲਬ ਅਸੀਂ ਦਿੱਲੀ ਪਹੁੰਚੇ, ਬੰਬੇ ਪਹੁੰਚੇ ਹਾਂ, ਅਤੇ 2 ਜਗ੍ਹਾ 'ਤੇ ਇਹਨਾਂ ਦੀ ਆਡੀਸ਼ਨ ਸੀ। ਅਤੇ ਉੱਥੇ ਜਾ ਕੇ ਫਿਰ ਅਸੀਂ ਉਹ ਲੰਬੀਆਂ ਕਤਾਰਾਂ ਸੀ, ਹਜ਼ਾਰਾਂ ਦੇ ਹਿਸਾਬ ਲੋਕ ਸੀ, ਨਾ ਕਿ ਉੱਥੇ ਕੋਈ ਟ੍ਰੇਨ ਦੇ ਵਿੱਚ ਰੈਸਟ ਸੀ, ਨਾ ਕੋਈ ਅਗਲੇ ਬੰਨੇ ਸਾਨੂੰ ਕੋਈ ਰੈਸਟ ਹੈਗੀ ਸੀ। ਰਾਤ ਦਿਨ ਜਾ ਕੇ ਵੀ ਅਸੀਂ ਜਾ ਕੇ ਆਡੀਸ਼ਨ ਦੇ ਕੇ ਬਹੁਤ ਹੀ ਜਿਹੜਾ ਮਿਹਨਤ ਦੇ ਨਾਲ ਅਸੀਂ ਆਪਣਾ ਜਿਹੜਾ ਵੀਰ ਖਾਲਸਾ ਗਰੁੱਪ ਉਹਦੀ ਮਤਲਬ ਤਿਆਰੀ ਕੀਤੀ ਹੈ ਜੀ। ਜਦੋਂ ਆਪਾਂ ਸਿੱਖ ਮਾਰਸ਼ਲ ਆਰਟ ਦੀ ਗੱਲ ਕਰਦੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਦਿਮਾਗ 'ਚ ਗੱਤਕਾ ਆਉਂਦਾ, ਅਤੇ ਆਪਾਂ ਗੱਤਕੇ ਤੱਕ ਹੀ ਵੇਖ ਲਓ ਐਕਸਪੋਜ਼ਰ ਜ਼ਿਆਦਾ ਨਹੀਂ ਸੀਗਾ, ਪਰ ਜਦੋਂ ਦਾ ਇਹ ਗਰੁੱਪ ਆਇਆ ਤਾਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੈਡੀਟੇਸ਼ਨ, ਡੈਡੀਕੇਸ਼ਨ ਐਂਡ ਨੰਬਰ ਆਫ ਡਿਫਰੈਂਟ ਜਿਹੜੀ ਤੁਸੀਂ ਐਕਟੀਵਿਟੀ ਲੈ ਕੇ ਆਏ ਹੋ ਬਿਲਕੁਲ ਕਾਬਲੇ ਤਾਰੀਫ ਹੈ। ਵਾਪਿਸ ਮੈਂ ਲੈ ਕੇ ਚੱਲਦਾ ਜੀ, ਜਦੋਂ ਆਪਾਂ ਦਲ ਦੀ ਸਥਾਪਨਾ ਕੀਤੀ ਜੀ, ਤੇ ਉਦੋਂ ਆਪਣੇ ਕੋਲ ਕਿੰਨੇ ਮੈਂਬਰ ਸੀ? ਉਦੋਂ ਸੀ 15-20 ਮੈਂਬਰ ਸੀ, ਬਿਲਕੁਲ ਘੱਟ ਸੀ ਮੈਂਬਰ। ਫਿਰ ਜਦੋਂ 2009 ਤੱਕ ਜਦੋਂ ਅਸੀਂ ਮਤਲਬ ਸਥਾਪਨਾ ਕੀਤੀ, ਸਾਡੇ ਕੋਲ 100 ਸਿੰਘ ਸੀ, ਅਸੀਂ 400 ਸਾਲੇ ਦੇ 100 ਸਿੰਘ ਨੇ ਇਕੱਠੇ ਨੇ ਜਿਹੜਾ ਪਰਫੋਰਮ ਕੀਤਾ ਹੈ ਤਰਨ ਤਾਰਨ 400 ਸਾਲੇ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ। ਉੱਥੇ ਮੈਂ ਨੋਰਮਲੀ ਕਹਿੰਦਾ ਨਾ ਵੀ ਇਕੱਲਾ ਸਿੰਘ ਮਾਣ ਨਹੀਂ ਹੁੰਦਾ, ਅਤੇ 100 ਸਿੰਘਾਂ ਦੀ ਆਪਾਂ ਗੱਲ ਕਰਕੇ ਚੱਲੀਏ ਤਾਂ ਅਕੇਲਾ ਚਲਾ ਤਾ ਕਾਰਵਾਂ ਬੰਦਾ ਚਲਾ ਗਿਆ, ਹੈ ਨਾ। ਤੁਹਾਨੂੰ ਦੇਖਦੇ ਆ ਸਭ ਤੋਂ ਪਹਿਲਾਂ ਮਨ ਦੇ ਖਿਆਲ ਚੰਦਾ ਵੀ ਜੇ ਆਸੇ ਪਾਸੇ ਤਾਂ ਦੁਨੀਆ ਦੀ ਕੋਈ ਤਾਕਤ ਮੈਨੂੰ ਨਹੀਂ ਛੇੜ ਸਕਦੀ, ਹੈ ਨਾ। ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਨੂੰ ਕਦੋਂ ਜੁਆਇਨ ਕੀਤਾ? ਮੈਂ ਜੀ ਇਹਨਾਂ ਨੂੰ ਜੁਆਇਨ ਕੀਤਾ 2016 ਮਿਡਲ ਵਿੱਚ। ਅੱਛਾ ਜੀ। 2015 'ਚ ਅਸੀਂ ਮਿਲੇ ਸੀਗੇ, ਅਤੇ ਉਸ ਤੋਂ ਬਾਅਦ ਸਾਡੀ ਗੁਫ਼ਤਗੂ ਇੱਕ ਦੂਸਰੇ ਨਾਲ ਹੁੰਦੀ ਰਹੀ, ਫੋਨ 'ਤੇ ਰਾਬਤਾ ਹੁੰਦਾ ਰਿਹਾ। ਅਤੇ ਪਰ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ, ਮੈਂ ਦੇਖੋ ਮੇਰਾ ਜੋਬ ਕਰਦਾ ਸੀ, ਮੈਂ ਪੰਜਾਬ ਪੁਲਿਸ ਵਿੱਚ ਫਾਈਨੈਂਸ਼ਲੀ ਠੀਕ ਸੀਗਾ, ਅਤੇ ਮੈਂ ਕਿਹਾ ਮੈਂ ਮੈਨੂੰ ਕੋਈ ਤਾਂ ਕੋਈ ਜ਼ਰੂਰਤ ਨਹੀਂ ਹੈ ਕੋਈ ਪੰਗਾ ਲੈਣ ਦੀ। ਅਤੇ ਇਹਨੇ ਮੈਨੂੰ ਇੱਕ ਬੜਾ ਵਧੀਆ ਜਵਾਬ ਦਿੱਤਾ, ਭਾਜੀ ਦੇ ਛੋਟੇ ਬ੍ਰਦਰ ਗੁਰਿੰਦਰ ਭਾਜੀ, ਹਾਂਜੀ, ਦੋਵੇਂ ਭਰਾ ਬੈਠੇ ਸੀ ਮੇਰੇ ਲਾਗੇ। ਇਹਨਾਂ ਮੈਨੂੰ ਕਹਿੰਦੇ ਕਹਿੰਦੇ ਕਿ ਹਰ ਇੱਕ ਚੀਜ਼ ਹਰ ਇੱਕ ਕੰਮ ਪੈਸੇ ਕਰਕੇ ਨਹੀਂ ਕੀਤਾ ਜਾਂਦਾ, ਕੁਛ ਕੰਮ
अपनी पहचान ली और कौम ली सिख कौम ली कीते जांदे ने। आपां सिख कौम नाल बिलोंग करदे आ पर किसे नूं दुनिया विच पता नहीं कि सिख कौम विच 7.5 फुट दा वी बंदा मौजूद है। दुनिया दा सब तो लंबा सिख कौन है किसे नूं नहीं पता। फिर मैं इन्हां दे नाल 2016 जुड़िया जी। मैं अच्छा जी ਸਸਤਰ ਦੀ ਗੱਲ ਕਰ ਰਹੇ ਸੀਗੇ ਨੈਚੁਰਲੀ ਮਤਲਬ ਜਦੋਂ ਵੀ ਕੋਈ ਵੀ ਇੰਸਟੀਟਿਊਸ਼ਨ ਸ਼ੁਰੂ ਕੀਤਾ ਜਾਂਦਾ ਉਹਦੇ ਵਾਸਤੇ ਸਾਨੂੰ ਬਿਲਡਿੰਗ ਚਾਹੀਦੀ ਹੁੰਦੀ ਹੈ, ਟੀਚਿੰਗ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ। ਨੈਚੁਰਲੀ ਸਸਤਰ ਦੀ ਗੱਲ ਕੀਤੀ ਉਹ ਚਾਹੀਦੇ, ਉਹਦੇ ਨਾਲ ਨਾਲ ਰਹਿਣ ਖਾਣ ਪੀਣ ਵਾਸਤੇ ਵੀ ਫੰਡਸ ਦੀ ਜ਼ਰੂਰਤ ਹਮੇਸ਼ਾ ਪੈਂਦੀ ਹੈ ਅਤੇ ਉਹ ਅਸੀਂ ਕਿਵੇਂ ਮੇਨਟੇਨ ਕਰੀਦਾ? ਉਹ ਮੇਨਟੇਨ ਜੀ ਇੱਦਾਂ ਜੀ, ਜਦੋਂ ਪਹਿਲਾਂ ਤਾਂ ਬੜੇ ਔਖੇ ਸੀ, ਭੁੱਖੇ ਧਿਆਨ ਸਿੰਘ ਜੰਗ ਜੁਗ ਲੜਦੇ ਰਹੇ ਜੀ, ਉੱਦਾਂ ਹੀ ਆਪਣਾ ਗਰੁੱਪ ਭੁੱਖੇ ਧਿਆਨ ਚੱਲਿਆ ਜੀ ਅਤੇ ਬੜੇ ਔਖੇ ਰਹਿ ਕੇ ਜੀ। ਕੋਈ ਸਾਡੇ ਕੋਲ ਜਗ੍ਹਾ ਨਹੀਂ ਹੁੰਦੀ ਸੀ, ਇਹ ਕੋਈ ਲੈਣਾ ਸਾਡੇ ਲਾਗੇ ਸਟੇਸ਼ਨ ਸੀ, ਅਸੀਂ ਲੈਣਾ ਦੇ ਥੋੜ੍ਹੀ ਜਗ੍ਹਾ ਖਾਲੀ ਸੀ, ਉੱਥੇ ਪਰਫੋਰਮ ਕਰਦੇ ਸੀ, ਪ੍ਰੈਕਟਿਸ ਕਰਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਜਦੋਂ 2009 ਦੇ ਵਿੱਚ ਅਸੀਂ ਟੀ ਵੀ ਦੇ ਉੱਪਰ ਆਏ ਹਾਂ, ਫਿਰ ਸਾਨੂੰ ਸ਼੍ਰੋਮਣੀ ਕਮੇਟੀ ਨੇ ਸਾਡਾ ਗੁਰਦੁਆਰਾ ਤਰਨ ਤਾਰਨ ਸਾਹਿਬ ਸਰਾਂ ਦੇ ਉੱਪਰ ਸਾਨੂੰ ਉੱਥੇ ਜਗ੍ਹਾ ਦਿੱਤੀ ਹੋਈ ਹੈ। ਹੁਣ ਅਸੀਂ ਸਾਡਾ ਉੱਥੇ ਹੀ ਅਖਾੜਾ ਉੱਥੇ ਹੀ ਹੁਣ ਬਾਅਦ ਵਿੱਚ ਪ੍ਰੈਕਟਿਸ ਕੀਤੀ ਹੈ ਜੀ, ਉੱਥੇ ਸਾਡੀ ਹੁਣ ਲਗਾਤਾਰ ਪ੍ਰੈਕਟਿਸ ਚੱਲ ਰਹੀ ਹੈ। ਉਦੋਂ ਦੇ ਬਹੁਤ ਜ਼ਿਆਦੀਆਂ ਤੰਗੀਆਂ ਸੀ, ਉਸ ਤੋਂ ਬਾਅਦ ਵੀ ਤੰਗੀਆਂ ਬੜੀਆਂ ਆਈਆਂ ਕਿਉਂਕਿ ਕੋਈ ਸਾਡਾ ਪੈਸੇ ਦਾ ਕੋਈ ਸਾਧਨ ਨਹੀਂ ਹੈ, ਇੰਨੇ ਬੱਚੇ ਸਾਡੇ ਕੋਲ ਸਿੱਖਦੇ ਆ, ਉਹਨਾਂ ਦੀਆਂ ਵਰਦੀਆਂ ਬੂਟ ਜਰਾਬਾਂ ਹੋਰ ਸ਼ਸਤਰ ਮਤਲਬ ਬਹੁਤ ਜ਼ਿਆਦਾ ਸਾਡੇ ਨਿੱਕੇ ਨਿੱਕੇ ਬਹੁਤ ਖਰਚੇ ਆ ਜੀ, ਲੱਖਾਂ ਰੁਪਈਆਂ ਦੇ ਵਿੱਚ ਖਰਚੇ ਆਉਂਦੇ ਆ। ਜਿਹੜੇ ਉਹ ਜਿਹੜਾ ਉਹ ਪੈਸਾ ਆਉਂਦਾ ਹੈ ਅਸੀਂ ਕਿਸੇ ਕੋਲ ਨਾ ਅੱਜ ਤੱਕ ਕਿਸੇ ਕੋਲ ਸਰਕਾਰ ਕੋਲੋਂ ਮੰਗੇ ਆ, ਨਾ ਸ਼੍ਰੋਮਣੀ ਕਮੇਟੀ ਕੋਲੋਂ ਮੰਗੇ ਆ, ਨਾ ਕਿਸੇ ਹੀ ਗੁਰਦੁਆਰਾ ਕਮੇਟੀ ਕੋਲੋਂ ਮੰਗੇ ਆ। ਅੱਜ ਤੱਕ ਜੋ ਕੀਤਾ ਵੀਰ ਖਾਲਸਾ ਨੇ ਅਸੀਂ ਆਪਣੇ ਬਲਬੂਤੇ ਦੇ ਉੱਤੇ ਕੀਤਾ, ਸਾਡੇ ਸਿੰਘਾਂ ਦੀਆਂ ਮਿਹਨਤ ਹੈ ਸਾਰੀ, ਉਹਨਾਂ ਦੀ ਮਿਹਨਤ ਨੇ। ਜੋ ਪ੍ਰੋਗਰਾਮ ਤੋਂ ਪੈਸੇ ਮਿਲਦੇ ਸੀ ਅਸੀਂ ਉਹ ਲਿਆ ਕੇ ਉਹਦੇ ਵਿੱਚੋਂ ਵਰਦੀਆਂ ਬਣਦੀਆਂ ਸੀ, ਉਹਦੇ ਵਿੱਚੋਂ ਜਿਹੜੀ ਸਿੰਘਾਂ ਦੀ ਹੈਲਪ ਹੁੰਦੀ ਸੀ, ਉਹਦੇ ਵਿੱਚੋਂ ਕੁਝ ਬੱਚੇ ਪੜ੍ਹਦੇ ਆ ਜਿਹੜੇ ਗਰੁੱਪ ਦੇ ਗਰੀਬ ਬੱਚੇ ਆ, ਉਹਨਾਂ ਦੀ ਅਸੀਂ ਮਤਲਬ ਫੀਸਾਂ ਤਾਰਦੇ, ਉਹਨਾਂ ਦੀ ਹੈਲਪ ਕਰਦੇ ਹਾਂ ਜੀ। ਜਦੋਂ ਮੈਂ ਗੱਲ ਕਰਦਾ ਹੈਗਾ ਤਰ੍ਹਾਂ ਤਰ੍ਹਾਂ ਦੇ ਉੱਤੇ ਐਕਟੀਵਿਟੀਜ਼ ਕੀਤੀਆਂ ਜਾਂਦੀਆਂ, ਜਦੋਂ ਅਸੀਂ ਟੀ ਵੀ ਦੇ ਉੱਤੇ ਦੇਖ ਰਹੇ ਹੁੰਦੇ ਹਾਂ ਨਾ, ਲੁਕਿੰਗ ਐਟ ਦੀਸ ਪਰਸਨੈਲਿਟੀਜ਼ ਕਾਮ ਐਂਡ ਕੰਪੋਜ਼ਡ ਸ਼ਖਸੀਅਤਾਂ, ਪਰ ਜਦੋਂ ਪਰਫੋਰਮ ਕਰ ਰਹੇ ਹੁੰਦੇ ਤਾਂ ਮੇਰੇ ਖਿਆਲ ਆ ਵੀ ਗੁਰੂ ਦੇ ਨਾਲ ਨਾਲ ਇੱਕ ਰੂਹ ਹੋਰ ਤੁਹਾਡੇ 'ਚ ਐਡ ਹੋ ਜਾਂਦੇ ਵੀ ਜਿਹਦੇ ਕਰਕੇ ਆਪਾਂ ਪਰਫੋਰਮ ਕਰ ਪਾਉਂਦੇ ਹਾਂ, ਤੁਹਾਡਾ ਉਹਦੇ 'ਚ ਕੀ ਰੋਲ ਹੈ ਜੀ? ਦੇਖੋ ਜੀ, ਜਦੋਂ ਬਾਣੀ ਅਤੇ ਬਾਣਾ ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਜੀ, ਉਦੋਂ ਇੱਕ ਖਾਲਸੇ ਦਾ ਵੱਖਰਾ ਰੂਪ ਹੁੰਦਾ ਜੀ ਇਹਨਾਂ, ਉਹ ਜਿਹੜਾ ਰੂਪ ਜਦੋਂ ਬਾਣਾ ਪੈ ਜਾਂਦਾ ਜੀ ਜਦੋਂ ਪਰਫੋਰਮ ਕਰਦੇ ਹਾਂ, ਉਹ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹ ਦੀ ਜਿਹੜੀ ਸ਼ਕਤੀ ਆ ਉਹ ਪਰਫੋਰਮ ਕਰਕੇ ਅਸੀਂ ਸਾਰੀ ਵਰਲਡ ਦੇ ਵਿੱਚ ਅਸੀਂ ਆਪਣੇ ਗੱਤਕਾ ਅਤੇ ਆਪਣੀ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਜੀ ਅਸੀਂ। ਤੁਸੀਂ ਕੀ ਪਰਫੋਰਮ ਕਰਦੇ ਹੋ ਜੀ? ਇਹ ਮੇਰੇ ਦਰਸ਼ਕਾਂ ਵਾਸਤੇ ਜਿਨ੍ਹਾਂ ਨੂੰ ਵੀਰ ਦਲ ਖਾਲਸਾ ਬਾਰੇ ਨਹੀਂ ਪਤਾ ਉਹਨਾਂ ਵਾਸਤੇ ਜੀ, ਮੈਂ ਇੱਕ ਵਾਰੀ ਫਿਰ ਕਹਾਂਗਾ ਵੀ ਗੂਗਲ 'ਤੇ ਜਾ ਕੇ ਜ਼ਰੂਰ ਇੱਕ ਵਾਰੀ ਸਰਚ ਕਰਨ ਦੀ ਕੋਸ਼ਿਸ਼ ਕਰਨਾ, ਰੌਂਗਟੇ ਵਾਕਈ ਖੜੇ ਹੋ ਜਾਂਦੇ ਆ। ਇਹ ਜੀ ਮੈਂ ਦੱਸਦਾ ਜੀ ਇਹਦੇ ਬਾਰੇ ਜੀ, ਇਹ ਜਿੰਨੇ ਵੀ ਮਤਲਬ ਐਕਟ ਆ ਜਿਹੜੇ ਆਪਣੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਹੈਗੇ ਆ, ਜਿਵੇਂ ਕਿ 84 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਨੂੰ ਸਾੜਿਆ ਗਿਆ, ਸਾਡੇ ਉੱਤੇ 90-91 ਦੇ ਵਿੱਚ ਜੋ ਸਾਡੇ ਸਿੰਘਾਂ ਦੇ ਉੱਤੇ ਤਸੀਹੇ ਦਿੱਤੇ ਗਏ, ਉਸ ਤੋਂ ਪਿੱਛੇ ਚਲੇ ਜਾਈਏ ਆਪਾਂ ਗੱਲ ਕਰਦੇ ਹਾਂ ਵੀ ਸਿੰਘਾਂ ਨੂੰ ਚਰਖਣੀਆਂ 'ਤੇ ਚਾੜਿਆ ਗਿਆ, ਆਰਿਆਂ ਨਾਲ ਚੀੜਿਆ ਗਿਆ, ਉਹ ਐਕਟਾਂ ਦੇ ਵਿੱਚ ਇਹਦੀ ਸਿੰਘ ਦੀ ਖਾਸ ਭੂਮਿਕਾ ਜੀ। ਇਹਦੇ ਗੱਲ ਦੇ ਵਿੱਚ ਟਾਇਰ ਵੀ ਪਾਇਆ ਜਾਂਦਾ ਇਹਨੂੰ, ਬਰਫ਼ ਦੇ ਉੱਤੇ ਲਟਾ ਕੇ ਇਹਨੂੰ, ਇਹਦੇ ਉੱਤੇ ਉਹ ਤਸ਼ੱਦਦ ਸਿੱਖ ਪ੍ਰਚਾਰਕ ਬੋਲ ਕੇ ਦੱਸਦਾ ਹੈ, ਇਹ ਆਪਣੇ ਪਿੰਡੇ ਦੇ ਹੰਢਾ ਕੇ ਦੱਸਦਾ ਹੈ ਸੰਗਤ ਨੂੰ, ਆਪਣੀ ਜਨਰੇਸ਼ਨ ਨੂੰ। ਸਾਡਾ ਮੇਨ ਮਕਸਦ ਇਹ ਹੀ ਹੈ ਵੀ ਸਾਡੀ ਸਿੱਖ ਕੌਮ ਨੂੰ, ਸਾਡੇ ਸਿੱਖ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜੋ ਕਿ ਪਤਾ ਲੱਗੇ ਵੀ ਸਾਡੀ ਸਿੱਖ ਕੌਮ ਨੇ ਆਹ ਤਸੀਹੇ ਝੱਲੇ ਹੈ, ਪ੍ਰਚਾਰਕ ਬੋਲ ਕੇ ਦੱਸਦਾ ਹੈ, ਵੀਰ ਖਾਲਸਾ ਗਰੁੱਪ ਆਪਣੇ ਪਿੰਡੇ ਦੇ ਹੰਢਾ ਕੇ ਦੱਸਦਾ ਹੈ। ਬਿਲਕੁਲ, ਜਦੋਂ ਆਪਾਂ ਪਿੰਡੇ ਦੇ ਹੰਢਾਉਣ ਵਾਸਤੇ ਸਟੂਡੀਓ ਦੇ ਵਿੱਚ ਲਾਈਵ ਸਭ ਕੁਝ ਚੱਲ ਰਿਹਾ ਹੁੰਦਾ, ਉਸ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ? ਅੱਜ ਤੱਕ ਵੀਰ ਜੀ ਇੱਦਾਂ ਆਏ ਨਹੀਂ ਕਦੀ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਸਾਡੀ ਪ੍ਰੈਕਟਿਸ ਬਹੁਤ ਜ਼ਿਆਦਾ ਵਾ, ਇਸ ਕਰਕੇ ਅੱਜ ਤੱਕ ਕਦੀ ਨਹੀਂ ਇੱਦਾਂ ਆਇਆ। ਅੱਛਾ, ਤੇ ਤੁਸੀਂ ਉਸ ਵੇਲੇ ਇਹ ਲੈ ਕੇ ਚੱਲਦੇ ਹੋ ਵੀ ਆਪਣੇ ਨਾਲ ਅੰਗ ਸੰਗ ਸਹਾਈ ਆ, ਜੋ ਹੋਏਗਾ ਦੇਖਿਆ ਜਾਏਗਾ। ਸਾਡੀ ਮਿਹਨਤ ਹੀ ਇੰਨੀ ਹੈ, ਬਾਕੀ ਜਦੋਂ ਅਸੀਂ ਬਾਣਾ ਪਾ ਲੈਂਦੇ ਹਾਂ ਉਦੋਂ ਕੁਝ ਰੂਪ ਅਲੱਗ ਹੁੰਦਾ, ਹੁਣ ਅਸੀਂ ਪੈਂਟਾਂ ਸ਼ਰਟਾਂ ਪਾ ਕੇ ਬੈਠੇ ਹਾਂ, ਅਸੀਂ ਨੋਰਮਲ ਜ਼ਿੰਦਗੀ ਇੱਦਾਂ ਜਿਉਂਦੇ ਹਾਂ, ਠੀਕ ਆ ਜੀ, ਸਾਡੀ ਡਰੈਸਅਪ ਇਹ ਆ ਜਿਹੜੀ ਅਸੀਂ ਰੂਟੀਨ ਦੇ ਵਿੱਚ ਅਸੀਂ ਪਾਉਂਦੇ ਹਾਂ। ਸਾਨੂੰ ਇੱਕੋ ਹੀ ਮਕਸਦ ਹੈ ਜੀ, ਅਸੀਂ ਸਟੇਜ ਦੇ ਉੱਪਰ ਜਦੋਂ ਜਾਈਏ ਅਸੀਂ ਪੂਰੇ ਸਿੱਖੀ ਸਰੂਪ ਦੇ ਵਿੱਚ ਹੋਈਏ, ਸਿਰ ਦੇ ਉੱਤੇ ਦਸਤਾਰ ਹੋਵੇ ਸਾਡੇ ਗੱਲ ਦੇ ਵਿੱਚ ਕਿਰਪਾਨ ਹੋਵੇ, ਸਾਨੂੰ ਜਿਹੜਾ ਦੂਰੋਂ ਬੰਦਾ ਦੇਖੇ ਵੀ ਹਾਂ ਵੀ ਇਹ ਸਿੱਖ ਆ, ਇਹ ਸਿੰਘ ਆ, ਸਾਡੀ ਪਹਿਚਾਣ ਦੇਖ ਕੇ ਬਾਣਾ ਦੇਖ ਕੇ ਅਗਲਾ ਕਿ ਵੀ ਇਹ ਸਿੰਘ ਪਰਫੋਰਮ ਕਰ ਰਿਹਾ ਜੀ। ਲੁਕਿੰਗ ਐਟ ਦ ਸਿੰਪਲਿਸਿਟੀ ਆਫ ਦੀਸ ਯੰਗ ਮੈਨ ਤੇ ਵਰਸੀ ਜਦੋਂ ਪਰਫੋਰਮ ਕਰ ਰਹੇ ਹੁੰਦੇ ਆ, ਦੋ ਅਲੱਗ ਅਲੱਗ ਰੂਪ ਦੇਖਣ ਨੂੰ ਮਿਲਦੇ ਆ। ਆਪਾਂ ਜੇ ਪ੍ਰੈਕਟਿਸ ਦੀ ਗੱਲ ਕਰੀਏ, ਦਿਨ ਦੇ ਵਿੱਚ ਕਿੰਨੀ ਪ੍ਰੈਕਟਿਸ ਹੋ ਜਾਂਦੀ ਆ?
ਦਿਨ ਦੇ ਵਿੱਚ ਵੀ ਜੀ ਸਵੇਰੇ ਮਾਰਨਿੰਗ ਜਿੱਦਾਂ ਸਾਡੇ ਵੱਖਰੇ ਵੱਖਰੇ ਸ਼ੋਅ ਹੁੰਦੇ ਨੇ ਉਸ ਹਿਸਾਬ ਨਾਲ ਅਸੀਂ ਜਦੋਂ ਨਵਾਂ ਕੋਈ ਐਕਟ ਕਰਦੇ ਨੇ ਉਹਦੇ ਵਿੱਚ ਸਾਨੂੰ ਲਗਾਤਾਰ 3 ਤੋਂ 4 ਮਹੀਨੇ ਲਗਾਤਾਰ ਪਰਫੋਰਮ ਕਰਨੀ ਪੈਂਦੀ ਹੈ ਬਟ ਅਸੀਂ ਰੈਗੂਲਰ ਜਿਹੜੀ ਪਰਫੋਰਮ ਹੁੰਦੀ ਹੈ 2-2 3-3 ਘੰਟੇ ਮਾਰਨਿੰਗ ਅਤੇ 2-3 ਘੰਟੇ ਈਵਨਿੰਗ ਸਾਡੀ ਪਰਫੋਰਮ ਚੱਲਦੀ ਰਹਿੰਦੀ ਪ੍ਰੈਕਟਿਸ ਚੱਲਦੀ ਰਹਿੰਦੀ ਸਾਡੀ ਸਾਡੇ ਕੋਲ ਹੋਰ ਵੀ ਬੱਚੇ ਨੇ ਸਾਡੇ ਕੋਲ 4 ਸਾਲ ਤੋਂ ਲੈ ਕੇ ਅਤੇ 50 ਸਾਲ ਤੱਕ ਤੁਹਾਡੇ ਕੋਲ ਸਾਡੇ ਕੋਲ ਸਿੰਘ ਹੈਗੇ ਨੇ ਜਿਹੜੇ ਪਰਫੋਰਮ ਕਰਦੇ ਨੇ ਜਦੋਂ ਕੋਈ ਬੰਦਾ ਨਵਾਂ ਇੰਸਟੀਚਿਊਟ 'ਚ ਐਂਟਰ ਕਰਦਾ ਹੈਗਾ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਿਹਾ ਜਾਂਦਾ ਸਭ ਤੋਂ ਪਹਿਲਾਂ ਤਾਂ ਵੀਰ ਜੀ ਧੰਨਵਾਦ ਕੀਤਾ ਜਾਂਦਾ ਵੀ ਉਹ ਮਤਲਬ ਗੁਰੂ ਦੀ ਦਿੱਤੀ ਹੋਈ ਦਾਤ 'ਤੇ ਮਤਲਬ ਉਹਨੇ ਅਪਣਾਉਣ ਦੇ ਬਾਰੇ ਉਹਨੇ ਸੋਚਿਆ ਵਾ ਫਿਰ ਅਸੀਂ ਉਹਨੂੰ ਪੂਰਾ ਜੀ ਉਹਦੀ ਤਿਆਰੀ ਕਰਾਉਂਦੇ ਹਾਂ ਜੋ ਸਾਡੀਆਂ ਟ੍ਰੇਨਿੰਗਾਂ ਹੁੰਦੀਆਂ ਵਾ ਐਕਸਰਸਾਈਜ਼ਾਂ ਹੁੰਦੀਆਂ ਵਾ ਪਹਿਲਾਂ ਅਸੀਂ ਉਹ ਬੱਚੇ ਨੂੰ ਉਹਦੀਆਂ ਕਰਵਾਈ ਦੀਆਂ ਵਾ ਫਿਰ ਉਸ ਤੋਂ ਡੰਮੀ ਕਿਰਪਾਨਾਂ ਦੇ ਨਾਲ ਅਸੀਂ ਉਹਦੀ ਤਿਆਰੀ ਕਰਾਈ ਦੀ ਆ ਬੜੀ ਮਤਲਬ ਸੇਫ ਦੇ ਨਾਲ ਜਿਹੜੀ ਸਾਡੀ ਮਤਲਬ ਟ੍ਰੇਨਿੰਗ ਹੁੰਦੀ ਆ ਇਹੋ ਜਿਹੀ ਗੱਲ ਨਹੀਂ ਵੀ ਬੱਚੇ ਨੂੰ ਜਾਂਦਿਆਂ ਲਟਾ ਕੇ ਉਹਦੇ 'ਤੇ ਮਤਲਬ ਕੁਛ ਕਰ ਦੇਣਾ ਇਹੋ ਜਿਹੀ ਗੱਲ ਨਹੀਂ ਆ ਜਿੱਦਾਂ ਬੱਚਾ ਨਰਸਰੀ ਤੋਂ ਸਟਾਰਟ ਹੁੰਦਾ ਉਸੇ ਸਟੈਪ ਦੇ ਨਾਲ ਸਾਡੀਆਂ ਜਿਹੜੀਆਂ ਹੈਗੀਆਂ ਵਾ ਕਲਾਸਾਂ ਹੈਗੀਆਂ ਵਾ ਉਹ ਅਸੀਂ ਉਹਨੂੰ ਜੁਆਇਨ ਕਰਾਂਗੇ ਮਤਲਬ ਅਸੀਂ ਸਿਲੇਬਸ ਪ੍ਰੋਪਰ ਤਿਆਰ ਕੀਤਾ ਹੋਇਆ ਹੈ ਵੀ ਜਦੋਂ ਬੱਚਾ ਐਂਟਰ ਕਰਦਾ ਹੈ ਜੀ ਉਹਦੀ ਵਾਰਮ ਅਪ ਜਿਵੇਂ ਆਪਾਂ ਕਹਿ ਲਈਦਾ ਹੈ ਵਾਰਮ ਅਪ ਐਕਸਰਸਾਈਜ਼ ਤੋਂ ਹੀ ਸ਼ੁਰੂ ਕਰਕੇ ਚੱਲਦੇ ਹਾਂ ਬਾਕੀ ਜਿਹੜੇ ਸਾਡੇ ਅਸੀਂ ਟੀਵੀ ਦੇ ਸ਼ੋਅ ਐਕ ਪਰਫਾਰਮ ਕਰਨੇ ਹੁੰਦੇ ਆ ਉਹਨਾਂ ਦੀ ਜਿਹੜੀ ਸਾਡੀ ਪ੍ਰੈਕਟਿਸ ਹੁੰਦੀ ਆ ਜੀ ਉਹ ਕਈ ਵਾਰ ਤਾਂ ਲਗਾਤਾਰ 24 ਘੰਟੇ ਵੀ ਚੱਲੀ ਆ ਅੱਛਾ ਜੀ ਮਤਲਬ ਉੱਥੇ ਰੋਟੀ ਆ ਗਈ ਉੱਥੇ 2 ਘੰਟੇ ਸੌ ਲਿਆ ਫਿਰ ਪ੍ਰੈਕਟਿਸ ਸ਼ੁਰੂ ਆ ਕਿਉਂਕਿ ਜਦੋਂ ਟੀਵੀ ਦੇ ਸ਼ੋਅ ਕਰਨਾ ਹੈ ਤਾਂ ਬੀਰ ਖਾਲਸਾ ਪਰਫੈਕਸ਼ਨ ਲਈ ਜਾਣਿਆ ਜਾਂਦਾ ਪਰਫੈਕਟ ਆ ਗੁਰੂ ਸਾਹਿਬ ਦੀ ਕਿਰਪਾ ਅੱਜ ਤੱਕ ਜਿੰਨੇ ਵੀ ਸ਼ੋਅ ਕੀਤੇ ਪਰਫੈਕਟ ਕੀਤੇ ਆ ਕਿਤੇ ਵੀ ਕੋਈ ਗਲਤੀ ਨਹੀਂ ਕੀਤੀ ਔਰ ਨਾ ਹੀ ਗੁਰੂ ਸਾਹਿਬ ਇਹੋ ਜਿਹਾ ਕੋਈ ਸਮਾਂ ਆਉਣ ਦੇਣਗੇ ਕਿਉਂਕਿ ਜਦੋਂ ਅਸੀਂ ਕੋਈ ਵੀ ਸਾਡਾ ਟੀਵੀ ਸ਼ੋਅ ਲਾ ਉਹਦੀ ਬਹੁਤ ਜ਼ਬਰਦਸਤ ਪ੍ਰੈਕਟਿਸ ਕਰੀਦੀ ਆ ਕਹਿੰਦੇ ਵੀ ਪਰਫੈਕਸ਼ਨ ਵਿਦ ਪ੍ਰੀਸੀਜ਼ਨ ਇਹ ਦੋਨਾਂ ਦਾ ਕੰਬੀਨੇਸ਼ਨ ਡੈਫੀਨਿਟਲੀ ਦੇਖਣ ਨੂੰ ਮਿਲਦਾ ਆਸਟ੍ਰੇਲੀਆ ਆਉਣ ਦਾ ਸੁਭਾਅ ਕਿਵੇਂ ਬਣਿਆ ਆਸਟ੍ਰੇਲੀਆ ਗੋਟ ਟੈਲੈਂਟ ਜੀ ਇੱਦਾਂ ਜੀ ਅਸੀਂ ਅਮਰੀਕਾ ਗਏ 2019 ਦੇ ਵਿੱਚ ਜੀ ਉਸ ਤੋਂ ਬਾਅਦ ਸਾਨੂੰ ਕਾਫੀ ਮਤਲਬ ਦੇਸ਼ਾਂ ਦੇ ਵਿੱਚੋਂ ਕਾਲਾਂ ਆਈਆਂ ਕੰਟਰੀਆਂ ਤੋਂ ਮਤਲਬ ਬਾਅਦ 'ਚ 15 ਕੰਟਰੀਆਂ ਦੇ ਵਿੱਚੋਂ ਸਾਨੂੰ ਕਾਲ ਆ ਚੁੱਕੀ ਸੀ ਅੱਛਾ ਜੀ ਸਾਡੇ ਮਤਲਬ ਤੁਸੀਂ ਆ ਕੇ ਪਰਫੋਰਮ ਕਰੋ ਅਤੇ ਈਮੇਲਾਂ ਵੀ ਆਈਆਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਵੀ ਕਾਲ ਆਈ ਉਸ ਤੋਂ ਬਾਅਦ ਕੋਵਿਡ ਆ ਗਿਆ ਕੋਵਿਡ ਦੇ ਕਰਕੇ ਸਾਰੇ ਤੁਹਾਨੂੰ ਪਤਾ ਵੀ 2 ਸਾਲ ਕਿਤੇ ਵੀ ਮਤਲਬ ਕੋਈ ਟਰੈਵਲ ਨਹੀਂ ਹੋ ਸਕੀ ਅਤੇ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਹੀ ਰੱਖਿਆ ਸੀ ਵੀ ਇਹਨਾਂ ਦੇ ਨਾਲ ਗੱਲਬਾਤ ਚੱਲਦੀ ਸੀ 2019 ਤੋਂ ਹੀ ਫਿਰ ਇਹਨਾਂ ਨੇ ਇੱਥੇ ਮਤਲਬ ਆਸਟ੍ਰੇਲੀਆ ਗੋਟ ਟੈਲੈਂਟ ਵਾਸਤੇ ਅਸੀਂ ਇਹਨਾਂ ਦੇ ਹੀ ਪਰਫੋਰਮ ਕਰਨ ਵਾਸਤੇ ਇਹਨਾਂ ਨੂੰ ਜੈਸਟ ਕਰਤੀ ਅਤੇ ਫਿਰ ਅਸੀਂ ਤੁਹਾਡੇ ਕੋਲ ਅੱਜ ਪਹੁੰਚਿਆ ਜੀ ਮੈਂ ਕਿਹਾ ਦੁਨੀਆਂ ਦਾ ਕੋਈ ਮੁਲਕ ਐਸਾ ਨਹੀਂ ਹੋਣਾ ਜਿਹੜੇ ਚਾਹੁੰਦੇ ਹੋਣ ਵੀ ਬੀਰ ਦਲ ਬੀਰ ਖਾਲਸਾ ਆ ਕੇ ਉੱਥੇ ਪਰਫੋਰਮ ਕਰਨ ਹਾਂਜੀ ਹਾਂਜੀ ਜੀ ਹੁਣ ਤਿਆਰੀਆਂ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਟਲੀ ਦੇ ਵਿੱਚ ਹੈ ਫਰਾਂਸ ਆ ਜਰਮਨ ਆ ਜਪਾਨ ਹੈ ਇੱਦਾਂ ਸਾਡੀਆਂ ਹੁਣ ਕਾਫੀ ਜਿਹੜੀਆਂ 7-8 ਕੰਟਰੀਆਂ ਦੇ ਵਿੱਚ ਹੁਣ ਇਸ ਤੋਂ ਬਾਅਦ ਅਸੀਂ ਨੈਕਸਟ ਅਸੀਂ ਮਤਲਬ ਉੱਥੇ ਜਾ ਰਹੇ ਹਾਂ ਜੀ ਜਿਵੇਂ ਕਹਿੰਦੇ ਵੀ ਆਪਾਂ ਦੁਨੀਆਂ ਭਰ ਦੇ ਵਿੱਚ ਟਰੈਵਲ ਕਰਦੇ ਰਹਿੰਦੇ ਹਾਂ ਅਤੇ ਹਰ ਸ਼ੋਅ ਹਰ ਥਾਂ 'ਤੇ ਕੋਈ ਨਾ ਕੋਈ ਖੱਟੀ ਮਿੱਠੀ ਯਾਦ ਆਪਣੇ ਨਾਲ ਚੱਲਦੀ ਰਹਿੰਦੀ ਹੈ ਮੈਂ ਖੱਟੀ ਯਾਦਾਂ ਨੋਰਮਲੀ ਇਹ ਕਹਿੰਦਾ ਵੀ ਆਪਾਂ ਉੱਥੇ ਛੱਡ ਦਈਏ ਮਿੱਠੀ ਯਾਦ ਆਸਟ੍ਰੇਲੀਆ ਦੀ ਹੁਣ ਤੱਕ ਦੀ ਜੀ ਸਾਡੇ ਇੱਥੇ ਕੁਲਦੀਪ ਸਿੰਘ ਜੀ ਵੀਰ ਜੀ ਹੈਗੇ ਆ ਮੈਲਬੋਰਨ ਤੋਂ 6 ਮਹੀਨੇ ਤੋਂ ਉਹਨਾਂ ਦੇ ਨਾਲ ਵੀਰ ਜੀ ਨਾਲ ਗੱਲ ਚੱਲਦੀ ਸੀ ਵੀ ਜੀ ਤੁਹਾਡੇ ਇੱਥੇ ਆ ਕੇ ਅਸੀਂ ਪਰਫੋਰਮ ਕਰਨਾ ਹਾਂਜੀ ਚਲੋ ਸਾਡੀ ਉਹ ਕਾਫੀ ਉਹ ਹੈਲਪ ਕਰਦੇ ਪਏ ਸੀ ਅਤੇ ਬਹੁਤ ਜ਼ਿਆਦਾ ਹੈਲਪ ਕੀਤੀ ਫਿਰ ਉਹ ਫਿਰ ਇੱਥੇ ਵੀਰ ਜੀ ਆਏ ਨਾਲ ਉਹ ਵੀਰ ਜੀ ਉਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਵਿਨੇ ਵੀਰ ਜੀ ਹੈਗੇ ਆ ਉਹ ਈਵੈਂਟਸ ਕਰਾਉਂਦੇ ਆ ਜਦੋਂ ਉਹਨਾਂ ਨੇ ਆ ਕੇ ਦੇਖਿਆ ਵੀ ਇਹ ਵੀਰ ਖਾਲਸਾ ਗਰੁੱਪ ਉਹਨਾਂ ਨੂੰ ਪਤਾ ਨਹੀਂ ਸੀ ਭਾਈ ਸਾਹਿਬ ਨੂੰ ਵਿਨੇ ਭਾਜੀ ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਹਨਾਂ ਦੇ ਨਾਲ ਜਾ ਕੇ ਕਿਹਨਾਂ ਨੂੰ ਮਿਲਾਉਣ ਜਾ ਰਹੇ ਆ ਕੁਲਦੀਪ ਭਾਜੀ ਨੇ ਸਰਪ੍ਰਾਈਜ਼ ਰੱਖਿਆ ਸੀ ਸਾਨੂੰ ਵੀ ਨਹੀਂ ਪਤਾ ਸੀ ਜਦੋਂ ਵੀਰ ਜੀ ਆਏ ਤਾਂ ਫਿਰ ਉਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਸ਼ੌਕ ਹੋ ਗਏ ਵੀ ਇਹ ਬੰਦਿਆਂ ਦੇ ਨਾਲ ਮਿਲੇ ਹਾਂ ਫਿਰ ਉਹਨਾਂ ਨੇ ਸਾਡੀ ਸਰਚ ਕੀਤਾ ਸਾਰਾ ਕੁਛ ਫਿਰ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਵੀ ਮੈਂ ਤੁਹਾਡੇ ਸ਼ੋਅ ਆਸਟ੍ਰੇਲੀਆ ਦੇ ਵਿੱਚ ਅਮੈਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਉਂਕਿ ਉਹ ਈਵੈਂਟ ਕੰਪਨੀ ਕਰਾਉਂਦੀ ਆ ਕਾਫੀ ਉਹਨਾਂ ਨੇ ਵੱਡੇ ਵੱਡੇ ਸ਼ੋਅ ਕੀਤੇ ਇੱਥੇ ਕਾਫੀ ਅਤੇ ਸਾਨੂੰ ਮਤਲਬ ਉਹਨਾਂ ਨੇ ਹਾਇਰ ਕਰ ਲਿਆ ਕਿਉਂਕਿ ਸਾਨੂੰ ਇੱਕ ਇੱਦਾਂ ਦਾ ਪਲੇਟਫਾਰਮ ਚਾਹੀਦਾ ਸੀ ਵੀ ਜਿਹਦੇ ਵਿੱਚ ਸਾਨੂੰ ਕੋਈ ਇਨਕਮ ਸੋਰਸ ਹੋਵੇ ਬਿਲਕੁਲ ਕਿਉਂਕਿ ਅਸੀਂ ਕਿਸੇ ਦੇ ਗੁਰਦੁਆਰਾ ਕਮੇਟੀ ਦੇ ਅੱਗੇ ਜਾਂ ਕਿਸੇ ਹੋਰ ਦੇ ਅੱਗੇ ਨਾ ਹੱਥ ਕੀਤਾ ਤੇ ਨਾ ਅਸੀਂ ਹੱਥ ਕਰਾਂਗੇ ਦੇਖੋ ਹਰ ਤਰ੍ਹਾਂ ਦਾ ਟੈਲੈਂਟ ਹੁੰਦਾ ਹੈ ਤੇ ਮੈਂ ਨਾਰਮਲੀ ਇਹੀ ਕਹਿੰਦਾ ਵੀ ਜਦੋਂ ਪਰਫਾਰਮੈਂਸ ਕਰਨ ਜਾਂਦੇ ਆ ਇਦਾਂ ਦੀ ਪਰਫਾਰਮੈਂਸ ਤਾਂ ਬਿਲਕੁਲ ਵੀ ਕਿਸੇ ਚੀਜ਼ ਨਾਲ ਮੈਚ ਨਹੀਂ ਕਰਦੀ ਹੈ ਬਟ ਡੈਫੀਨਿਟਲੀ ਜਦੋਂ ਬੱਚੇ ਦੁਨੀਆ ਭਰ ਦੇ ਪੰਜਾਬੀ ਆ ਕੇ ਫੇਸ ਦੇਖੋ ਇੱਕ ਟੀਵੀ 'ਚ ਦੇਖਣਾ ਤੇ ਇੱਕ ਲਾਈਵ ਦੇਖਣਾ ਡੈਫੀਨਿਟਲੀ ਇੰਸਪੀਰੇਸ਼ਨ 'ਚ ਫਰਕ ਤਾਂ ਜ਼ਰੂਰ ਹੋਊਗਾ ਜ਼ਰੂਰ ਹੁੰਦਾ ਹੈ ਜੀ ਔਰ ਜਿਹੜਾ ਤੁਸੀਂ ਸਵਾਲ ਵੀਰ ਜੀ ਨੂੰ ਕੀਤਾ ਸੀਗਾ ਜਦੋਂ ਅਸੀਂ ਇੱਥੇ ਸਿਡਨੀ ਪਹੁੰਚੇ ਸੀਗੇ ਤੇ ਸਾਨੂੰ ਸਿਰਫ ਇੱਕ ਸਾਡੇ ਉਹ ਕੁਲਦੀਪ ਢਿੱਲੋਂ ਵੀਰ ਜੀ ਦਾ ਹੀ ਸਾਨੂੰ ਸੀਗਾ ਕਿ ਅਸੀਂ ਤੇ ਉਹਨਾਂ ਨੂੰ ਸੱਚ ਜਾਣਦੇ ਆ ਪਰ ਉਹ ਜਿੰਦਾ ਰਹਿ ਵੀਰ ਸਾਡਾ ਉਹਨੇ ਸਾਨੂੰ ਐਸੇ ਹੀ ਰੇਰ ਕੇ ਵੀਰ ਮਿਲਾਏ ਇੱਕ ਸਾਡੇ ਵੀਰ ਜੀ ਵਰਿੰਦਰ ਬਾਜਵਾ ਜੀ ਆ ਜਿਹੜੇ ਮਤਲਬ ਉਸ ਦਿਨ ਤੋਂ ਪਹਿਲਾਂ ਜਦੋਂ ਸਾਡੇ ਨਾਲ ਚੱਲ ਰਹੇ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਪਰਫੋਰਮੈਂਸ ਵਾਲੀ
ਉਹਦੇ ਹਰ ਇੱਕ ਜਿਹੜਾ ਵੀ ਇੱਕ ਆਰਟਿਸਟ ਆ ਉਹਦਾ ਇੱਕ ਮਤਲਬ ਏਮ ਹੁੰਦਾ ਹੈ, ਇੱਕ ਸਪੋਰਟਸਮੈਨ ਉਹਦਾ ਇੱਕ ਏਮ ਹੁੰਦਾ ਕਿ ਮੈਂ ਨੈਸ਼ਨਲ ਖੇਡਾਂਗਾ, ਏਸ਼ੀਆ ਖੇਡਾਂਗਾ, ਓਲੰਪਿਕ ਖੇਡਾਂਗਾ। ਤੇ ਹਰ ਇੱਕ ਅਸੀਂ ਵੀ ਲਾ ਲਓ ਇੱਕ ਜਿਵੇਂ ਸਾਡਾ ਇੱਕ ਗਰੁੱਪ ਆ, ਤੇ ਸਾਡਾ ਵੀ ਏਮ ਸੀਗਾ ਅਮੈਰੀਕਾ ਗੋਲਡ ਟੈਲੈਂਟ ਜਾਣਾ, ਤੇ ਅਸੀਂ ਜਾਏ। ਉਸ ਤੋਂ ਬਾਅਦ ਹੁਣ ਸਭ ਤੋਂ ਵੱਡੇ ਵੱਡੇ ਜਿਹੜੇ ਗੋਲਡ ਟੈਲੈਂਟ ਆ ਉਹਨਾਂ 'ਚ ਅਸੀਂ ਜਾ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ। ਔਰ ਵੀਰ ਖਾਲਸਾ ਦਲ ਇਕਲੌਤਾ ਦਲ ਹੈ ਜਿਹੜਾ ਹੁਣ ਤੱਕ 25 ਜਿਹੜੇ ਮਤਲਬ ਟੈਲੈਂਟ ਹੰਟ ਸ਼ੋਅ ਨੇ ਉਹਨਾਂ ਵਿੱਚ ਪਰਫਾਰਮ ਕਰ ਚੁੱਕਾ ਆ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੇ 2-3 ਸਾਲ ਦੇ ਵਿੱਚ ਵਿੱਚ ਅਸੀਂ ਇਹਨੂੰ 50 ਦੀ ਗਿਣਤੀ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਜੀ। ਲੁਕਿੰਗ ਫੋਰਵਰਡ ਟੂ ਇਟ। ਇਹ ਤਾਂ ਹੋ ਗਏ ਆਪਣੇ ਐਕਸਪੀਰੀਅੰਸਡ ਜਿਹੜੇ ਪਰਫਾਰਮੈਂਸ ਜਾ ਕੇ ਆਸਟ੍ਰੇਲੀਆ ਗੋਟ ਟੈਲੈਂਟ, ਅਮੈਰੀਕਾ ਗੋਟ ਟੈਲੈਂਟ, ਬ੍ਰਿਟਿਸ਼ ਗੋਟ ਟੈਲੈਂਟ ਹਰ ਥਾਂ 'ਤੇ ਪਰਫਾਰਮ ਕਰਦੇ। ਨਿੱਕੇ ਨਿੱਕੇ ਬੱਚੇ ਜਿਹਨਾਂ ਨੂੰ ਨਰਚਰ ਕਰਕੇ ਅਸੀਂ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੀ ਪਰਫਾਰਮੈਂਸ ਵੀ ਕਿਆ ਜਲਦੀ ਸਾਨੂੰ ਦੇਖਣ ਨੂੰ ਮਿਲਣਗੀਆਂ? ਹਾਂਜੀ ਵੀਰ ਜੀ, ਅਸੀਂ ਤਿਆਰੀ ਚੱਲ ਰਹੀ ਹੈ ਸਾਡੀ ਕਾਫ਼ੀ, ਬਾਕੀ ਕੁਝ ਗੰਟੀਆਂ ਨਹੀਂ ਲਾਓ ਕਰਦੀਆਂ ਕਿ ਬੱਚੇ ਦੇ ਸਾਡੀਆਂ ਇੱਧਰ। ਹਾਂਜੀ ਬੱਚੇ ਦੇ, ਬਾਕੀ ਤੁਹਾਡੇ ਕੋਲ ਪੰਜਾਬ ਦੇ ਵਿੱਚ ਤੁਹਾਨੂੰ ਇੰਡੀਆ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਇੱਦਾਂ ਦੇ ਸ਼ੋਅ ਬਣਾ ਕੇ ਜਿਹੜੇ ਛੋਟੇ ਬੱਚਿਆਂ ਦੀ ਟ੍ਰੇਨਿੰਗ ਦੇ ਉਹੀ ਤੁਹਾਨੂੰ ਜ਼ਰੂਰ ਤੁਹਾਡੇ ਸੰਗਤਾਂ ਦੇ ਸਾਹਮਣੇ ਲੈ ਕੇ ਆਵਾਂਗੇ ਜੀ। ਜਾਣ ਤੋਂ ਪਹਿਲਾਂ ਕਿਸੇ ਵੀ ਚੀਜ਼ ਵਾਸਤੇ ਪ੍ਰੈਕਟਿਸ ਬੜੀ ਜ਼ਰੂਰੀ ਹੈ, ਬਟ ਸਿੱਖ ਮਾਰਸ਼ਲ ਆਰਟ ਜਾਂ ਜਿਹੜੀ ਤੁਸੀਂ ਪਰਫਾਰਮ ਕਰਦੇ ਹੋ ਇਹਦੇ ਵਿੱਚ ਪ੍ਰੈਕਟਿਸ ਦੇ ਨਾਲ ਨਾਲ ਮੈਂ ਦੇਖਿਆ ਮੈਡੀਟੇਸ਼ਨ, ਆਪਣੇ ਜ਼ਿਹਨ ਦੇ ਉੱਤੇ ਕੰਟਰੋਲ, ਉਹ ਬਹੁਤ ਜ਼ਰੂਰੀ ਹੈ। ਅਤੇ ਉਹਦੇ ਵਾਸਤੇ ਆਪਾਂ ਕੋਈ ਯੋਗ ਐਕਸਰਸਾਈਜ਼ ਜਾਂ ਕੁਛ ਇਸ ਤਰ੍ਹਾਂ ਦਾ ਸੈਪਰੇਟ ਰੂਟੀਨ ਰੱਖਿਆ ਹੋਇਆ ਵੀ ਜਿਹਦੇ ਤੁਸੀਂ ਕੰਟਰੋਲ ਆਪਣੇ ਆਪ 'ਤੇ ਕਰ ਸਕੋ? ਹਾਂਜੀ ਹਾਂਜੀ, ਸਾਡੀਆਂ ਕਾਫ਼ੀ ਮੈਡੀਟੇਸ਼ਨ ਹੁੰਦੀਆਂ ਜੀ, ਅਸੀਂ ਉਹਦੇ ਜੋ ਪ੍ਰੈਕਟਿਸ ਕਰਦੇ ਹਾਂ ਪਹਿਲਾਂ ਸਾਡੀਆਂ ਉਹ ਚੱਲਦੀਆਂ ਵਾ, ਫਿਰ ਉਸ ਤੋਂ ਬਾਅਦ ਸਾਡੀ ਪ੍ਰੈਕਟਿਸ ਹੁੰਦੀ ਹੈ ਜੀ। ਅਤੇ ਗ੍ਰੇਟ ਖਲੀ ਮਿਲਣ ਤੋਂ ਬਾਅਦ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੈਂ ਸਭ ਤੋਂ ਲੰਬੇ ਉੱਚੇ ਇਨਸਾਨ ਨੂੰ ਮਿਲ ਚੁੱਕਿਆ, ਪਰ ਅੱਜ ਤੁਹਾਨੂੰ ਮਿਲਣ ਤੋਂ ਬਾਅਦ ਮੈਂ ਇੱਕ ਵਾਰ ਤੁਹਾਨੂੰ ਖੜੇ ਹੋਇਆ ਦੇਖਣਾ ਚਾਹੂੰਗਾ। ਐਬਸੋਲਿਊਟ ਬਿਊਟੀ, ਦੁਨੀਆ ਦੇ ਵਿੱਚ ਹੈ ਕੋਈ ਜਿਹੜਾ ਮੈਨੂੰ ਹੱਥ ਲਗਾ ਸਕੇ? ਮੇਰਾ ਖਿਆਲ ਆਪਣਾ 1.5 ਤੋਂ 2 ਫੁੱਟ ਦਾ ਫਰਕ ਮੈਨੂੰ ਡੈਫੀਨੇਟਲੀ ਲੱਗਦਾ ਹੈਗਾ, ਹੈ ਨਾ। ਅੱਛਾ ਭਾਈ ਸਾਹਿਬ, ਜੇ ਮੈਂ ਗੱਲ ਕਰਾਂ ਹਾਈਟ ਐਂਡ ਵੇਟ ਦੀ, ਆਈ ਡੋਂਟ ਵਾਂਟ ਟੂ ਗੋ ਬੈਕ ਔਨ ਗੂਗਲ ਐਂਡ ਚੈੱਕ। ਮੇਰੀ ਹਾਈਟ ਇਜ 7'6". ਅੱਛਾ ਜੀ, 2.28 ਮੀਟਰ, ਅਤੇ ਬਾਡੀ ਵੇਟ ਆ ਜੀ 200 ਕਿਲੋ। 200 kg, ਜਿਹੜੇ ਲੋਕ ਮੈਨੂੰ ਕਹਿੰਦੇ ਆ ਨਾ ਵੀ ਨਹੀਂ, ਨੋਨ ਵੈਜੀਟੇਰੀਅਨ ਹੋਣ ਕਰਕੇ ਹੀ ਅਸੀਂ ਆਪਣੀ ਬਾਡੀ ਮੇਨਟੇਨ ਕਰ ਸਕਦੇ ਹਾਂ, ਐਨਰਜੀ ਰੱਖ ਸਕਦੇ ਹਾਂ, ਪ੍ਰੋਟੀਨ ਲੈ ਸਕਦੇ ਹਾਂ, ਵੈਜੀਟੇਰੀਅਨ ਹੋ ਕੇ ਵੀ ਅਸੀਂ ਮੇਨਟੇਨ ਕਰ ਸਕਦੇ ਹਾਂ, ਉਹਦੀ ਬੜੀ ਬੰਦੀ ਜਿੰਦੀ ਜਾਗਦੀ ਉਦਾਹਰਣ ਸਾਡੇ ਨਾਲ। ਜਿਵੇਂ ਮੈਂ ਹੁਣੇ ਡਾਇਟ ਦੀ ਗੱਲ ਕਰ ਰਿਹਾ ਸੀਗਾ, ਤੁਹਾਡੇ ਨੋਰਮਲ ਡੇਲੀ ਰੂਟੀਨ ਰੁਝੇਵੇਂ ਕੀ ਰਹਿੰਦੇ ਆ? ਦੇਖੋ ਜੀ, ਇਹ ਤਾਂ ਡਾਇਟ ਅਤੇ ਨੀਂਦ ਬੰਦੇ 'ਤੇ ਖੁਦ 'ਤੇ ਡਿਪੈਂਡ ਆ, ਇਹਨੂੰ ਚਾਹੇ ਜਿੰਨੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ। ਜਿਹੜੇ ਹੁਣ ਸਿਮਰਨ ਕਰਦੇ ਆ, ਪਰਮਾਤਮਾ ਨੂੰ ਜ਼ਿਆਦਾ ਯਾਦ ਕਰਦੇ, ਉਹਨਾਂ ਨੀਂਦ ਬਹੁਤ ਘੱਟ ਹੈ ਉਹਨਾਂ ਦੀ। ਤੇ ਜਿਹੜਾ ਜੇ ਮੇਰੇ ਅੱਗੇ ਜਿੰਨਾ ਕੁਛ ਨਹੀਂ ਕਰਨਾ, ਤਾਂ ਭਾਵੇਂ ਸਾਰੇ ਦਿਹਾੜੇ ਸੁੱਤਿਆਂ ਨੂੰ ਦਿਨ ਸੁੱਤਿਆਂ ਨਗਾ ਲਓ। ਨਾ ਨਾ, ਜਿਹੜਾ ਤੁਸੀਂ ਵੀ ਕੁਛ ਨਹੀਂ ਕਰਨਾ, ਮੈਂ ਉਹਦੇ ਨਾਲ ਐਗਰੀ ਨਹੀਂ ਕਰਦਾ ਹੈਗਾ, ਠੀਕ ਆ। ਤੇ ਡਾਇਟ ਮੇਰੀ ਬਿਲਕੁਲ ਨੋਰਮਲ ਆ, ਜਿੰਨੀ ਕੁ ਮੈਂ ਇੱਕ ਨੋਰਮਲ ਪਰਸਨ ਦੀ ਉਨੀ ਕੁ ਹੁੰਦੀ ਆ ਜੀ। ਐਵੇਂ ਮਤਲਬ ਜਿਵੇਂ ਮੈਂ ਨਾਮ ਨਹੀਂ ਲੈਣਾ ਹੁਣ ਇੱਕ ਮੀਡੀਆ ਤੁਹਾਡੇ ਚੈਨਲ 'ਤੇ, ਕਈ ਮੇਰੇ ਕੇ ਬੰਦੇ ਲੰਮੇ ਕਹਿੰਦੇ ਆ ਜੀ ਅਸੀਂ 100 ਆਂਡਾ ਖਾ ਜਾਂਦੇ ਹਾਂ, 10 ਮੁਰਗੇ ਖਾ ਜਾਂਦੇ ਹਾਂ, ਇੱਦਾਂ ਕਰਦੇ ਨੇ, ਉੱਦਾਂ ਕਰਦੇ, ਐਸਾ ਕੁਛ ਨਹੀਂ ਹੈ। ਮਤਲਬ ਲਾ ਲਓ ਇੱਕ ਪੇਟ ਦਾ ਸਾਈਜ਼ ਆ, ਉਹ ਤਾਂ ਸੇਮ ਹੈ ਨਾ, ਇੱਕ ਲੀਵਰ ਦਾ ਸਾਈਜ਼ ਆ, ਉਹਦੇ ਤੋਂ ਹਾਰਡਲੀ ਜੇ ਲਾ ਲਓ ਤਾਂ 1/2 ਇੰਚ ਵੱਡਾ ਹੋਏਗਾ, ਉਹਦੇ 'ਚ ਕੀ ਕਿੰਨਾ ਕੁ ਠੂਸ ਲਾ ਗਿਆ ਆਪਾਂ, ਝੂਠਾ। ਜਿੰਨੀ ਕੁ ਨੋਰਮਲ ਡਾਇਟ ਉਨੀ ਕੀ ਆ, ਇਹਨੂੰ ਜ਼ਿਆਦਾ ਨਹੀਂ ਹੈ ਕੁਛ। ਅੱਛਾ, ਜੇ ਆਪਾਂ ਨਾਲ ਬੈਠੇ ਹੋਵਾਂ ਤਾਂ ਮੈਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਜੇ ਨਾ ਗੱਲ ਕਰਾਂ ਤਾਂ ਮੇਰੇ ਖਿਆਲ 'ਚ ਉਹ ਗਲਤ ਹੋਏਗਾ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਆਪਣੇ ਨਾਂ 'ਤੇ ਕਿਹੜਾ ਕਿਹੜਾ ਰਿਕਾਰਡ? ਜਿਹੜੇ ਸਾਡੇ ਆਪਣੇ ਪ੍ਰੈਜ਼ੀਡੈਂਟ ਆ ਗਰੁੱਪ ਦੇ ਸਰਦਾਰ ਕਵਲਜੀਤ ਸਿੰਘ ਜੀ, ਇਹਨਾਂ ਦੇ ਨਾਂ 'ਤੇ 5 ਗਿਨੀਜ਼ ਵਰਲਡ ਰਿਕਾਰਡ ਆ। ਅੱਛਾ ਜੀ, ਠੀਕ ਹੈ ਜੀ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਬਲਾਈਂਡ ਫੋਲਡ ਹੋ ਕੇ ਉਹ ਸਰਾਊਂਡਿੰਗ ਕਰਕੇ ਨਾਰੀਅਲ ਜੀ ਹੈਮਰ ਨਾਲ ਸਮੈਸ਼ ਕੀਤਾ, ਔਰ ਮੱਥੇ ਉੱਪਰ 1 ਮਿੰਟ 'ਚ ਆਪਣੇ 57 ਨਾਰੀਅਲ, ਆਪਣੇ ਨਾਲ ਬ੍ਰਦਰ ਛੋਟੇ ਤੋੜੇ ਸੀ ਇਹਨਾਂ ਨੇ, ਦੋਵਾਂ ਭਰਾਵਾਂ ਦਾ ਰਿਕਾਰਡ ਆ। ਉਸ ਤੋਂ ਬਾਅਦ ਇਹਨਾਂ ਫਿਰ ਆਪਣਾ ਰਿਕਾਰਡ ਫਿਰ ਤੋੜਿਆ, ਉਸ ਇੱਕ ਮੈਂ 60 ਸੈਕਿੰਡ ਦੇ ਵਿੱਚ 65 ਨਾਰੀਅਲ, ਡਿੱਗ ਪਿਆ ਤੇ ਉਹਨੂੰ ਹੈਮਰ ਨੂੰ ਉਹਨੂੰ ਜਿਹੜਾ ਆ ਰਿਹਾ ਬੇਸਬਾਲ ਬੈਟ ਰੋਕਣਾ ਇਹਨੂੰ ਹਵਾ ਦੇ ਵਿੱਚ ਫੋਰਸ ਨਾਲ ਆ ਰਿਹਾ, ਉਹ ਬਹੁਤ ਜ਼ਿਆਦਾ ਉਸ ਚੀਜ਼ ਦੀ ਮੈਡੀਟੇਸ਼ਨ ਚਾਹੀਦੀ ਹੈ ਜੀ। ਔਰ ਇਹਨਾਂ ਨੇ ਜੋ ਸਟਿਕ ਤੋੜੀਆਂ ਨੇ ਆਪਣੇ ਹੈਡ ਦੇ ਉੱਪਰ, ਸਿਰ ਦੇ ਉੱਪਰ, ਔਰ ਮੇਰਾ ਜਿਹੜਾ ਵਰਲਡ ਟੈਲਸ ਪੁਲਿਸਮੈਨ ਦਾ ਉਹ ਚਲੇ ਗਿਆ ਜੀ ਗਿਨੀਜ਼ ਬੁੱਕ ਵਰਲਡ ਰਿਕਾਰਡ ਨੂੰ, ਤੇ ਮੇਬੀ ਇਸ ਐਡੀਸ਼ਨ ਵਿੱਚ ਆ ਜਾਏਗਾ ਉਹ।
ਕਹਿੰਦੇ ਵੀ ਇਹਨਾਂ ਨਾਲ ਬੈਠਣ ਤੋਂ ਬਾਅਦ ਮੈਨੂੰ ਆਪ ਹੀ ਲੱਗ ਰਿਹਾ ਵੀ ਜਿਵੇਂ ਇੱਕ ਅਵਾਰਡ ਮੈਨੂੰ ਹੀ ਮਿਲ ਗਿਆ ਹੈਗਾ ਦਲ ਬੀਰ ਖਾਲਸਾ ਇਹਨਾਂ ਨਾਲ ਜੇ ਗੱਲ ਕਰਨ ਦਾ ਅੱਜ ਮੈਨੂੰ ਮੌਕਾ ਮਿਲਿਆ ਦਿਲ ਤਾਂ ਨਹੀਂ ਕਰਿਆ ਵੀ ਖਤਮ ਕੀਤਾ ਜਾਵੇ ਪਰ ਮੈਨੂੰ ਇਹ ਕਿਹਾ ਗਿਆ ਸੀਗਾ ਵੀ ਇਹਨਾਂ ਨੂੰ ਤੁਸੀਂ 10 ਮਿੰਟ ਤੋਂ ਜ਼ਿਆਦਾ ਇੱਥੇ ਨਹੀਂ ਬਿਠਾਉਣਾ ਕਿਉਂਕਿ ਬਹੁਤ ਜ਼ਿਆਦਾ ਜਿਵੇਂ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਆ ਨੋਟ ਓਨਲੀ ਆਸਟ੍ਰੇਲੀਆ ਬਟ ਰਾਦਰ ਫੋਰਗੇਟ ਇੰਡੀਅਨ ਆਈ ਵੁੱਡ ਸੇ ਪੀਪਲ ਆਲ ਅਰਾਊਂਡ ਦਾ ਗਲੋਬਸ ਮੇਕ ਸ਼ੋਰ ਗੋ ਐਂਡ ਗੂਗਲ ਦਲ ਬੀਰ ਖਾਲਸਾ ਡੈਫੀਨੇਟਲੀ ਤੁਹਾਡੇ ਯੂ ਵਿਲ ਹੈਵ ਦਾ ਗੂਸ ਬੰਪਸ ਅਤੇ ਅੱਜ ਮੈਨੂੰ ਹੁਣ ਉੱਥੇ ਖੜ੍ਹੇ ਇੱਕ ਮਹਿਸੂਸ ਡਿਫਰੈਂਟ ਜਿਹੀ ਐਨਰਜੀ ਮਹਿਸੂਸ ਹੋ ਰਹੀ ਹੈ ਪੋਜ਼ਿਟਿਵਿਟੀ ਕਹਿੰਦੇ ਨੇ ਵੀ ਸਾਰੀ ਕਮਰੇ 'ਚ ਇਕੱਠੀ ਆ ਕੇ ਹੋਈ ਹੋਈ ਹੈ ਜੀ ਅੱਜ ਅਸੀਂ ਕਿਤੇ ਚਾਰ ਵੀਰਾਂ ਨਾਲ ਬਾਤਚੀਤ ਮੈਂ ਤੁਹਾਡਾ ਨਵਨੀਤ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਆਉਣ ਵਾਸਤੇ One stop answer to your Australian education and visa matters. GEMCO Sydney. Dream big, achieve big. Fiji Times. Be with the times.